ਜਦੋਂ ਕਰੋਨਾ ਮਹਾਮਾਰੀ ਨੇ ਪੂਰੇ ਦੇਸ਼ ਨੂੰ ਆਪਣੀ ਜਕੜ ਦੇ ਵਿੱਚ ਲੈ ਲਿਆ ਸੀ ਅਤੇ ਹਸਪਤਾਲਾਂ ਦੇ ਹਸਪਤਾਲ ਕਰੋਨਾ ਮਰੀਜ਼ਾਂ ਦੇ ਨਾਲ ਭਰ ਰਹੇ ਸੀ ਅਤੇ ਬਹੁਤ ਸਾਰੇ ਮਰੀਜ਼ਾਂ ਨੂੰ ਬੈੱਡ ਤੱਕ ਵੀ ਉਪਲਬਧ ਨਹੀਂ ਹੋ ਸ ਰਹੇ ਸਨ ਉਸੇ ਦੌਰਾਨ ਬਠਿੰਡਾ ਦੀ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇੱਥੋਂ ਦੇ ਕਿਸ਼ੋਰੀ RAM ਹਸਪਤਾਲ ਦੇ ਵਿੱਚ ਡਾਕਟਰ ਵਿਤਲ ਗੁਪਤਾ ਦੀ ਅਗਵਾਈ ਦੇ ਵਿੱਚ ਇੱਕ ਮੁਫਤ ਕੋਵਿਡ ਸੈਂਟਰ ਲਾਂਚ ਕੀਤਾ ਜਿੱਥੇ ਕਿ ਮਰੀਜ਼ਾਂ ਦਾ ਮੁਫਤ ਦੇ ਵਿੱਚ ਇਲਾਜ ਕੀਤਾ ਗਿਆ ਆਓ ਇਸ ਬਾਰੇ ਗੱਲਬਾਤ ਕਰਦੇ ਹਾਂ ਸੋਨੂ ਮੇਸ਼ਵਰੀ ਜੀ ਦੇ ਨਾਲ ਜੀ ਸੋ ਸਨਮੇਸ਼ਵਰੀ ਜੀ ਕਿੰਨੇ ਮਰੀਜ਼ ਇਸ ਵਕਤ ਇਸ ਕੋਵਿਡ ਸੈਂਟਰ ਦੇ ਵਿੱਚ ਨੇ ਜੀ ਤੁਹਾਨੂੰ ਮੈਂ ਦੱਸਦੇ ਹੋਏ ਬੜੀ ਖੁਸ਼ੀ ਦੀ ਮੈਨੂੰ ਮਹਿਸੂਸ ਹੋ ਰਹੀ ਹੈ ਕਿ ਪਿਛਲੇ 24 ਘੰਟਿਆਂ ਦੇ ਦੌਰਾਨ ਸਾਡੇ ਕੋਵਿਡ ਸੈਂਟਰ ਦੇ ਵਿੱਚ ਇੱਕ ਵੀ ਮਰੀਜ਼ ਦਾਖਲ ਨਹੀਂ ਹੈ ਅਸੀਂ ਮਈ 2021 ਦੇ ਵਿੱਚ ਸਾਨੂੰ ਪਰਮਿਸ਼ਨ ਮਿਲੀ ਸੀਗੀ ਇਸ ਦੀ ਉਸ ਤੋਂ ਬਾਅਦ ਲੈ ਕੇ ਇਹ ਸਿਰਫ 24 ਘੰਟੇ ਇੰਜੇ ਹੈਗੇ ਆ ਜਦੋਂ ਸਾਡਾ ਕੋਵਿਡ ਸੈਂਟਰ ਅੱਜ ਬਿਲਕੁਲ ਵਿਹਲਾ ਪਿਆ ਹੈਗਾ ਇਹਦੇ ਵਿੱਚ ਅਸੀਂ ਹੁਣ ਤੱਕ 62 ਮਰੀਜ਼ ਜਿਹੜੇ ਸਾਡੇ ਕੋਲ ਦਾਖਲ ਹੋਏ ਸੀ ਲੈਵਲ 2 ਵਾਲੇ ਜਿਹੜੇ ਕਿ ਹਾਈ ਫਲੋਕ ਸੀਜ਼ਨ ਤੇ ਲੱਗੇ ਸੀ ਉਹਨਾਂ ਨੂੰ ਨਾਲ ਜਿਹੜੀ ਉਹਨਾਂ ਦੀ ਚੈਸਟ ਦੀ ਇਨਫੈਕਸ਼ਨ ਸੀਗੀ ਤੇ ਬਲੱਡ ਦੀ ਇਨਫੈਕਸ਼ਨ ਸੀ ਉਹ ਵੀ ਬਹੁਤ ਜ਼ਿਆਦਾ ਸੀ ਉਹਨਾਂ ਸਾਰਿਆਂ ਨੂੰ ਡਾਕਟਰ ਵਿਤਲ ਗੁਪਤਾ ਜੀ ਨੇ ਆਪਦੇ ਜਿਹੜਾ ਮੈਡੀਸਨ ਵਗੈਰਾ ਦੇ ਕੇ ਤੇ ਉਹਨਾਂ ਨੂੰ ਸਵਸਥ ਕਰਕੇ ਜਿਹੜਾ ਹੈਗਾ ਅਸੀਂ ਘਰ ਰਵਾਨਗੀ ਕਰਤੀ ਹੈ ਇਸ ਸੌਰਨ ਜੇ ਰਿਕਵਰੀ ਦੀ ਆਪਾਂ ਗੱਲ ਕਰੀਏ ਤਾਂ ਖਾਸ ਕਰਕੇ ਕੀ ਕੋਈ ਕੈਜੂਐਲਟੀ ਵੀ ਇਸ ਸੌਰਨ ਹੋਈ ਹੈ ਜੀ ਨਹੀਂ ਸਾਡੇ ਕੋਲ ਬਾਟ ਮਰੀਜ਼ ਲੈਵਲ 2 ਦੇ ਦਾਖਲ ਹੋਏ ਸੀਗੇ ਜਿਹੜੇ ਕਿ ਸਾਰੇ ਦੇ ਸਾਰੇ ਸਹੀ ਹੋਏ ਹੈ ਜਿਹੜੇ ਵੀ ਮਰੀਜ਼ ਸਾਡੇ ਕੋਲ ਇੱਥੇ 4-5 ਦਿਨ ਐਡਮਿਟ ਰਿਹਾ ਤਾਂ 4-5 ਦਿਨਾਂ ਬਾਅਦ ਉਹਦੀ ਸਥਿਤੀ ਜਿਹੜੀ ਹੈ ਲੈਵਲ 3 ਵਾਲੀ ਨਹੀਂ ਬਣੀ ਉਹਦੇ ਵਿੱਚ ਸੁਧਾਰ ਹੀ ਹੋਇਆ ਜਦੋਂ ਉਹ ਦਾਖਲ ਹੋਇਆ ਸੀ ਤੇ ਉਤੋਂ 4-5 ਦਿਨਾਂ ਬਾਅਦ ਉਹਦੇ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ ਸੀ ਕੁਝ ਮਰੀਜ਼ ਸਾਡੇ ਕੋਲ ਜਿਹੜੇ ਸੀਗੇ 21-22 ਦਿਨ ਵੀ ਦਾਖਲ ਰਹੇ ਐ ਕੁਝ ਮਰੀਜ਼ ਸਾਡੇ ਕੋਲ 15 ਦਿਨ ਵੀ ਦਾਖਲ ਰਹੇ ਐ ਕੁਝ ਮਰੀਜ਼ਾਂ ਨੂੰ ਅਸੀਂ 7 ਤੋਂ 8 ਦਿਨਾਂ ਦੇ ਵਿੱਚ ਹੀ ਜਿਹੜੇ ਉਹ ਸਵਸਥ ਹੋ ਕੇ ਜਿਹੜੇ ਘਰੇ ਚਲੇ ਗਏ ਕੈਜ਼ੁਐਲਟੀ ਸਾਡੇ ਇੱਥੇ ਇੱਕ ਵੀ ਨਹੀਂ ਹੋਈ ਜੀ ਇਸ ਦਾ ਮਤਲਬ ਅਸੀਂ ਕਹਿ ਸਕਦੇ ਹਾਂ ਕਿ 100% ਰਿਕਵਰੀ ਹੈ ਜਿਹੜੀ ਉਹ ਦਿੱਤੀ ਗਈ ਹੈ ਇਸ ਕੋਵਿਡ ਸੈਂਟਰ ਦੇ ਵਿੱਚ ਇੱਥੇ ਖਾਸ ਕਰਕੇ ਇਹ ਹੈ ਕਿ ਜ਼ੋਰਾਂਡ ਮਰੀਜ਼ਾਂ ਦਾ ਇੱਕ ਵੀ ਰੁਪਿਆ ਖਰਚ ਨਹੀਂ ਹੋਇਆ ਸੋ ਇਹ ਤਾਂ ਗੱਲ ਹੋਈ ਉਹਨਾਂ ਦੇ ਇਲਾਜ ਦੇ ਬਾਰੇ ਇੱਥੇ ਸੀ ਵੀ ਜਾਣਨਾ ਚਾਹਗੇ ਕਿ ਕਿਸੇ ਮਰੀਜ਼ ਨੂੰ ਕਿਤੇ ਹੋਰ ਹਸਪਤਾਲ ਦੇ ਵਿੱਚ ਰੈਫਰ ਵੀ ਕਰਨਾ ਪਿਆ ਜੀ ਬਿਲਕੁਲ ਕਰਨਾ ਪਿਆ ਕਿਉਂਕਿ ਸਾਡੇ ਕੋਲ ਕੋਵਿਡ ਸੈਂਟਰ ਦੇ ਵਿੱਚ ਕਈ ਮਰੀਜ਼ ਆਏ ਜਿਨ੍ਹਾਂ ਦੇ ਟੈਸਟ ਕਰਾਉਣ ਤੋਂ ਬਾਅਦ ਸਾਨੂੰ ਪਤਾ ਚੱਲਦਾ ਸੀਗਾ ਵੀ ਉਹ ਲੈਵਲ 3 ਦਾ ਪੇਸ਼ੈਂਟ ਸੀਗਾ ਕਿਉਂਕਿ ਸਾਡੇ ਕੋਲ ਲੈਵਲ 3 ਦੀ ਜਿਹੜੀ ਪਰਮਿਸ਼ਨ ਨਹੀਂ ਸੀਗੀ اسی ਉਸ ਤਰ੍ਹਾਂ ਦੇ ਮਰੀਜ਼ਾਂ ਨੂੰ ਜਿਹੜਾ ਹੈਗਾ ਜਿਹੜੇ ਲੈਵਲ 3 ਵਾਲੇ ਹਸਪਤਾਲ ਸੀਗੇ ਉਹਦੇ ਵਿੱਚ ਰੈਫਰ ਕਰਨ ਵਾਸਤੇ ਸਾਡੀਆਂ ਇੱਥੇ 8 ਗੱਡੀਆਂ ਦੀਆਂ ਜਿਹੜੀਆਂ ਟੀਮਾਂ ਇੱਥੇ ਲੱਗੀਆਂ ਹੋਈਆਂ ਉਹ ਹੁਣ ਵੀ ਇਸ ਟਾਈਮ ਟੀਮਾਂ ਜਿਹੜੀਆਂ 24 ਘੰਟੇ ਇੱਥੇ ਕੰਮ ਕਰ ਰਹੀਆਂ ਜਿਹੜਾ ਕੋਈ ਇਸ ਤਰ੍ਹਾਂ ਦਾ ਰਾਤ ਦੇ ਬਰਾਤੇ ਸਾਡੇ ਕੋਲ ਕੋਈ ਮਰੀਜ਼ ਆ ਜਾਂਦਾ ਸੀ ਜਿਹੜਾ ਲੈਵਲ 3 ਦਾ ਹੁੰਦਾ ਸੀ ਉਸ ਨੂੰ ਆ ਅਸੀਂ ਆਪਦੀ ਐਂਬੂਲੈਂਸ ਦੇ ਨਾਲ ਹੀ ਦੂਸਰੇ ਹਸਪਤਾਲ ਦੇ ਵਿੱਚ ਜਿਹੜਾ ਹੈਗਾ ਅਸੀਂ ਰੈਫਰ ਕਰਵਾ ਦਿੰਦੇ ਸੀਗੇ ਇਸ ਤੋਂ ਇਲਾਵਾ ਇੱਥੇ 600 ਦੇ ਕਰੀਬ OPD ਹੋਈ ਜਿਨ੍ਹਾਂ ਨੂੰ ਡਾਕਟਰ ਰਵਿਤੂਲ ਗੁਪਤਾ ਜੀ ਨੇ ਮੈਡੀਸਨ ਵਗੈਰਾ ਜਿਨ੍ਹਾਂ ਨੂੰ ਜਰੂਰਤ ਸੀ ਉਹਨਾਂ ਨੂੰ ਮੈਡੀਸਨ ਦੇ ਕੇ ਇਹ ਸਮਝਾ ਕੇ ਵੀ ਕਿਹੜੇ ਕਿਹੜੇ ਪਰਹੇਜ਼ ਰੱਖਣੇ ਚਾਹੀਦੇ ਤੁਹਾਨੂੰ ਹਸਪਤਾਲ ਦੇ ਵਿੱਚ ਦਾਖਲ ਹੋਣ ਦੀ ਜਰੂਰਤ ਨਹੀਂ ਹੈ ਹਲੇ ਤੁਸੀਂ ਲੈਵਲ 2 ਦੇ ਵਿੱਚ ਨਹੀਂ ਆਏ ਤਾਂ ਉਹ ਬੰਦੇ ਘਰ ਦੇ ਵਿੱਚ ਹੀ ਦਵਾਈ ਲੈ ਕੇ ਉਹ ਲੈਵਲ 2 ਦੇ ਵਿੱਚ ਜਾਣ ਤੋਂ ਹੀ ਬਚ ਗਏ ਉਹਨਾਂ ਨੂੰ ਦਾਖਲ ਹੋਣ ਦੀ ਲੋੜ ਵੀ ਨਹੀਂ ਪਈ ਇਹ ਸਾਡੇ ਲਈ ਸਭ ਤੋਂ ਵੱਡੀ ਅਚੀਵਮੈਂਟ ਸੀਗੀ ਜੀ ਇਹ ਤਾਂ ਗੱਲ ਹੋਈ ਮਰੀਜ਼ਾਂ ਦੇ ਇਲਾਜ ਨੂੰ ਲੈ ਕੇ ਸੋ ਇਸ ਦੇ ਨਾਲ ਹੀ ਅਸੀਂ ਵੈਕਸੀਨੇਸ਼ਨ ਦੀ ਵੀ ਗੱਲ ਕਰਨੀ ਚਾਹਾਂਗੇ ਕਿਉਂਕਿ ਵੈਕਸੀਨੇਸ਼ਨ ਇੱਕ ਬਹੁਤ ਵੱਡਾ ਹਥਿਆਰ कोरोना महामारी ਦੇ ਉੱਤੇ ਕਾਬੂ ਪਾਉਣ ਦੇ ਲਈ ਤੇ ਤੁਹਾਡੇ ਵੱਲੋਂ ਵੀ ਲਗਾਤਾਰ ਜਿਹੜੇ ਵੈਕਸੀਨੇਸ਼ਨ ਦੇ ਕੈਂਪ ਐ ਉਹ ਲਗਾਏ ਜਾ ਰਹੇ ਨੇ ਸੋ ਉਸ ਦੌਰਾਨ ਮੈਨੂੰ ਪਤਾ ਲੱਗੇ ਤੁਸੀਂ ਇੱਕ ਆਫਰ ਐ ਜਿਹੜਾ ਕੋਈ ਖਾਸ ਉਹ ਵੀ ਲਾਂਚ ਕੀਤਾ ਹੈ ਜੀ ਬਿਲਕੁਲ ਸਾਡਾ ਹੁਣ ਮੇਨ ਟਾਰਗੇਟ ਹੈਗਾ ਕਿ ਅਸੀਂ ਵੱਧੋ ਵੱਧ ਲੋਕਾਂ ਨੂੰ ਵੈਕਸੀਨੇਸ਼ਨ ਕਰਵਾ ਦਈਏ ਕਿਉਂਕਿ 3rd ਵੇਵ ਸਾਰੇ ਪਾਸੇ ਦੱਸੀ ਜਾ ਰਹੀ ਹੈ ਜੇ ਮੈਂ ਤੁਹਾਨੂੰ ਗੱਲ ਕਰਾਂ ਆਸਟ੍ਰੇਲੀਆ ਦਾ ਜਿਹੜਾ ਸਭ ਤੋਂ ਵੱਡਾ ਸ਼ਹਿਰ ਐ ਸਿਡਨੀ ਉਹਦੇ ਵਿੱਚ ਕੱਲ 26 ਜੂਨ 2021 ਨੂੰ ਉੱਥੇ ਦੁਬਾਰਾ ਲੋਕਡਾਊਨ ਲੱਗ ਚੁੱਕਿਆ ਹੈਗਾ ਕਿਉਂਕਿ ਉੱਥੇ 3rd ਵੇਵ ਕਰਕੇ ਜਿਹੜਾ ਡੈਲਟਾ ਵੈਰੀਐਂਟ ਹੈਗਾ ਕਰੋਨਾ ਦਾ ਨਵਾਂ ਜਿਹੜਾ ਕਿ ਹੋਰ ਜ਼ਿਆਦਾ ਭੈੜਾ ਮਤਲਬ ਦੱਸਿਆ ਜਾ ਰਿਹਾ ਹੈਗਾ ਉਹਦੇ ਮਰੀਜ਼ ਬੜੀ ਤੇਜ਼ੀ ਨਾਲ ਵਧਣੇ ਸ਼ੁਰੂ ਹੋ ਗਏ ਸੀ ਤੇ ਉੱਥੇ ਉਹਨਾਂ ਨੇ ਇੱਕ ਵਾਰ ਫੇਰ ਤੋਂ ਜਿਹੜਾ ਹੈਗਾ 15 ਦਿਨਾਂ ਦਾ ਲੋਕਡਾਊਨ ਲਗਾ ਦਿੱਤਾ ਹੈਗਾ ਅਸੀਂ ਇੰਡੀਆ ਦੇ ਵਿੱਚ ਜੇ ਗੱਲ ਕਰੀਏ ਤਾਂ ਅਸੀਂ ਬਠਿੰਡੇ ਦੇ ਵਿੱਚ ਅਸੀਂ ਹੁਣ ਜਿਵੇਂ ਬੈਠੇ ਹੈਗੇ ਆ ਤਾਂ ਅਸੀਂ ਇੱਥੇ ਸੈਕੰਡ ਵੇਵ ਦਾ ਜਿਹੜਾ ਹੈਗਾ ਖਤਰਨਾਕ ਗਰੁੱਪ ਅਸੀਂ ਦੇਖ ਚੁੱਕੇ ਹੈਗੇ ਕਿਸੇ ਵੀ ਹਸਪਤਾਲ ਦੇ ਵਿੱਚ ਪ੍ਰਾਈਵੇਟ ਦੇ ਵਿੱਚ ਬੈੱਡ ਨਹੀਂ ਮਿਲ ਰਿਆ ਸੀਗਾ ਸ਼ਮਸ਼ਾਨ ਘਾਟ ਦੇ ਵਿੱਚ ਥਾਂ ਘਟ ਗਈ ਸੀ ਲੋਕਾਂ ਨੂੰ ਜਿਹੜੀਆਂ ਸਮਸ਼ਾਨ ਘਾਟ ਦੇ ਵਿੱਚ ਜਾ ਕੇ ਡੈੱਡ ਬੋਡੀ ਦਾ ਕਰੀਮੇਸ਼ਨ ਹੈਗਾ ਉਹ ਜ਼ਮੀਨ ਦੇ ਉੱਤੇ ਰੱਖ ਕੇ ਕਰਨਾ ਪਿਆ ਇੱਕ ਇੱਕ ਦਿਨ ਦੇ ਵਿੱਚ 35 35 ਤੋਂ ਲੈ ਕੇ 40 40 ਡੈੱਡ ਬੋਡੀ ਦੇ ਕਰੀਮੇਸ਼ਨ ਹੋਏ ਹੈਗੇ ਆ ਬਠਿੰਡਾ ਦੇ ਵਿੱਚ ਤਾਂ ਅਸੀਂ ਨਹੀਂ ਚਾਹਦੇ ਵੀ 3rd ਵੇਵ ਜਿਹੜੀ ਹੈਗੀ ਆ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੋਵੇ ਆ ਓਨੀ ਖਤਰਨਾਕ ਹੋਵੇ ਅਸੀਂ ਲੋਕਾਂ ਨੂੰ ਵੀ ਕਹਿੰਨੇ ਆ ਵੀ ਹਵਾਵਾਂ ਦੇ ਚੱਕਰ ਦੇ ਵਿੱਚ ਹੀ ਜਿਹੜਾ 2nd ਵੇਵ ਨੇ ਐਡਾ ਵੱਡਾ ਰੂਪ ਧਾਰਿਆ ਸੀਗਾ ਤੇ ਉਹਦੇ ਅਸੀਂ ਏਡੇ ਖਤਰਨਾਕ ਪ੍ਰਣਾਮ ਭੁਗਤੇ ਤਾਂ ਕਾਈਂਡਲੀ ਅਫਵਾਹਾਂ ਤੋਂ ਦੂਰ ਰਹੋ ਜਿਹੜਾ ਆਪਣਾ ਵੈਕਸੀਨ ਹੈ ਵੈਕਸੀਨ ਜਮਾਂ ਸੁਰੱਖਿਤ ਹੈ ਮੈਂ ਖੁਦ ਲਗਵਾਈ ਹੈ ਸਾਡੀ ਟੀਮ ਨੇ ਪੂਰੀ ਨੇ ਲਗਵਾਈ ਹੋਈ ਹੈ ਵੱਡੇ ਵੱਡੇ ਮੰਤਰੀਆਂ ਨੇ ਲਗਵਾਈ ਹੈਗੀ ਹੈ ਹਰ ਬੰਦਾ ਇੱਥੇ ਵੈਕਸੀਨ ਲਗਵਾ ਰਿਹਾ ਹੈ ਬਜ਼ੁਰਗ ਸਾਡੇ ਕੋਲ ਇੱਥੇ ਕੈਂਪਾਂ ਦੇ ਵਿੱਚ 90 90 ਸਾਲ ਤੋਂ ਪਲੱਸ ਬਜ਼ੁਰਗ ਵੀ ਆ ਕੇ ਇੱਥੇ ਵੈਕਸੀਨ ਲਗਵਾ ਰਹੇ ਹੈਗੇ ਆ ਕੋਈ ਸਾਈਡ ਇਫੈਕਟ ਵਾਲੀ ਗੱਲ ਨਹੀਂ 18 ਸਾਲ ਤੋਂ ਲੈ ਕੇ ਲੋਕਾਂ ਦੇ ਵਿੱਚ ਬੜਾ ਕ੍ਰੇਜ਼ ਹੈਗਾ 18 ਸਾਲ ਤੋਂ ਲੈ ਕੇ ਜਿੰਨੇ ਵੀ ਹੈਗੇ ਅੱਗੇ ਉਮਰ ਵਾਲੇ ਕਾਫੀ ਵੈਕਸੀਨ ਲਗਵਾ ਰਹੇ ਹੈ ਅਸੀਂ ਐਸੀ ਚੀਜ਼ ਨੂੰ ਪ੍ਰੋਮੋਟ ਕਰਨ ਵਾਸਤੇ ਵੀ ਹਰ ਇੱਕ ਬੰਦੇ ਦੇ ਵੈਕਸੀਨ ਲੱਗੀ ਹੋਵੇ ਤਾਂ 3rd ਵੇਵ ਦੇ ਵਿੱਚ ਉਹ ਕਰੋਨਾ ਦੀ ਚਪੇਟ ਦੇ ਵਿੱਚ ਨਾ ਆਵੇ ਉਹਨੂੰ ਹਸਪਤਾਲ ਦੇ ਵਿੱਚ ਭਰਤੀ ਹੀ ਨਾ ਹੋਣਾ ਪਵੇ ਸਾਡਾ ਸਿਰਫ ਇਹੀ ਟਾਰਗੇਟ ਹੈ ਵੀ ਅਸੀਂ 100% ਵੈਕਸੀਨੇਸ਼ਨ ਨੂੰ ਪ੍ਰਮੋਟ ਕਰੀਏ ਉਸ ਨੂੰ ਲੈ ਕੇ ਅਸੀਂ ਇੱਕ ਜਿਹੜਾ ਸਾਡਾ ਕਿਸ਼ੋਰੀ RAM ਹਸਪੀਟਲ ਦੇ ਵਿੱਚ ਨੌਜਵਾਨ ਵੈਲਫੇਅਰ ਸੁਸਾਇਟੀ ਅਸੀਂ ਕੋਵਿਡ ਸੈਂਟਰ ਚਲਾ ਰੱਖਿਆ ਹੈਗਾ ਇਹਦੇ ਵਿੱਚ ਫਿਲਹਾਲ ਅਸੀਂ ਲਗਾਤਾਰ ਵੈਕਸੀਨੇਸ਼ਨ ਕੈਂਪ ਲਗਾ ਰਹੇ ਹਾਂ ਕਿੰਨੀਆਂ ਵੈਕਸੀਨੇਸ਼ਨ ਹੋ ਗਈਆਂ ਗਿਣਤੀ ਦੀ ਕੋਈ ਜੱਪਕਲ ਕਰੀਏ ਤਾਂ ਜੀ ਅੱਜ ਸਾਡਾ ਲਗਾਤਾਰ 14ਵਾਂ ਜਿਹੜਾ ਕੈਂਪ ਹੈਗਾ ਉਹ ਚੱਲ ਰਿਹਾ ਹੈਗਾ ਤੇ 14ਵੇਂ ਕੈਂਪ ਹੋ ਚੁੱਕਿਆ 2500 ਲੋਕਾਂ ਨੂੰ ਅਸੀਂ ਇੱਥੇ ਫ੍ਰੀ ਵੈਕਸੀਨੇਸ਼ਨ ਲਗਵਾ ਚੁੱਕੇ ਆ ਤੇ ਹੁਣ ਇਸ ਨੂੰ ਅਸੀਂ ਹੋਰ ਪ੍ਰਮੋਟ ਕਰ ਰਹੇ ਆ ਇਸ ਦੇ ਲਈ ਅਸੀਂ ਇੱਥੇ ਇੱਕ ਇਨਾਮੀ 쿠ਪਨ ਦੇ ਰਹੇ ਆ ਜਿਹਦੇ ਵਿੱਚ ਬਹੁਤ ਵਧੀਆ ਤਰੀਕੇ ਦੇ ਅਸੀਂ ਪ੍ਰਾਈਸ ਸਾਡੇ ਮੈਂਬਰਾਂ ਵੱਲੋਂ ਹੀ ਰੱਖੇ ਗਏ ਆ ਸਾਡੇ ਮੈਂਬਰ ਆਪਦੇ ਪਰਸਨਲੀ ਬਿਜ਼ਨਸ ਦੇ ਵਿੱਚੋਂ ਆਪਦੀ ਜੇਬ ਦੇ ਵਿੱਚੋਂ ਜੇਬ ਖਰਚੀ ਦੇ ਵਿੱਚੋਂ ਉਹਨਾਂ ਨੇ ਇਹ ਪ੍ਰਾਈਸ ਰੱਖਿਆ ਜਿਵੇਂ ਸਾਡਾ ਫਸਟ ਪ੍ਰਾਈਜ਼ ਹੈਗਾ 43 ਇੰਚ ਸਮਾਰਟ ਐਲਈਡੀ ਟੀਵੀ ਜਿਹੜੇ ਸਾਡੇ ਕੀ ਸੰਸਥਾ ਦੇ ਰੁਬਲ ਜੋੜਾ ਜੀ ਵੱਲੋਂ ਸਪਾਂਸਰਡ ਕੀਤਾ ਗਿਆ ਹੈਗਾ ਸੈਕੰਡ ਪ੍ਰਾਈਜ਼ ਹੈਗਾ ਇਹਦੇ ਵਿੱਚ 185 ਲੀਟਰ ਦਾ ਫ੍ਰਿਜ ਜਿਹੜਾ ਕਿ ਸਾ ਉਸ ਤੋਂ ਬਾਅਦ ਸਾਡਾ 3rd ਪ੍ਰਾਈਜ਼ ਹੈਗਾ ਇਹਦੇ ਵਿੱਚ واਸ਼ਿੰਗ ਮਸ਼ੀਨ واਸ਼ਿੰਗ ਮਸ਼ੀਨ ਸਾਡੇ ਸੰਸਥਾ ਦੇ ਐਗਜ਼ੀਕਿਊਟਿਵ ਫਾਈਨਾਂਸ ਸਾਹਿਲ ਗੋਇਲ ਜੀ ਹੈਗੇ ਆ ਜੈ ਸ਼ਕਤੀ ਜਨਰਲ ਸਟੋਰ ਵਾਲੇ ਉਹਨਾਂ ਨੇ ਉਨ੍ਹਾਂ ਵੱਲੋਂ ਸਪਾਂਸਰਡ ਕੀਤਾ ਗਿਆ फोर्थ ਪ੍ਰਾਈਜ਼ ਹੈਗਾ ਇਹਦੇ ਵਿੱਚ ਅਜੀਪਾਲ ਜੀ ਹੈਗੇ ਸੀਆ ਟ੍ਰੇਡਿੰਗ ਕੰਪਨੀ ਵਾਲੇ ਸਾਡੇ ਸੰਸਥਾ ਦੇ ਨਾਲ ਜੁੜੇ ਹੋਏ ਉਹਨਾਂ ਵੱਲੋਂ ਇੱਕ ਲੌਂਗ ਬਾਡੀ 에ਅਰ ਕੂਲਰ ਜਿਹੜਾ ਹੈਗਾ ਉਹ ਸਪਾਂਸਰਡ ਕੀਤਾ ਗਿਆ ਫਿਫਥ ਪ੍ਰਾਈਜ਼ ਹੈ ਇਹਦੇ ਵਿੱਚ ਬਾਲਾ ਜੀ ਫੋਟੋ ਗੈਲਰੀ ਸਾਡੇ ਜਿਹੜੇ ਸੰਸਥਾ ਦੇ ਜੁਆਇੰਟ ਸੈਕਟਰੀ ਹੈ ਉਹਨਾਂ ਵੱਲੋਂ ਮਿਕਸਰ ਜੂਸਰ ਗ੍ਰਾਈਂਡਰ ਜਿਹੜਾ ਸਪਾਂਸਰਡ ਕੀਤਾ ਗਿਆ ਤਾਂ ਮਤਲਬ ਇਸ ਤਰ੍ਹਾਂ ਦੇ ਅਸੀਂ 10 ਪ੍ਰਾਈਜ਼ ਰੱਖੇ ਆ ਜਿਹੜੇ ਕਿ ਸਾਡੀ ਸੰਸਥਾ ਦੇ ਵਲੰਟੀਅਰ ਆਪ ਦੀ ਜੇਬ ਦੇ ਵਿੱਚੋਂ ਪੈਸੇ ਖਰਚ ਕਰਕੇ ਆਪ ਦੇ ਬਿਜ਼ਨਸ ਦੇ ਵਿੱਚੋਂ ਪੈਸੇ ਖਰਚ ਕਰਕੇ ਅਸੀਂ ਵੈਕਸੀ ਜੀ ਜਿੰਦਗੀ ਬਚਾ ਸਕੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਹੀ ਨਾ ਹੋਣਾ ਪਵੇ ਸੈਕਿੰਡ ਵੇਵ ਦੇ ਅਸੀਂ ਜਿਹੜੇ ਪ੍ਰਨਾਮ ਦੇਖਿਆ ਵੀ ਲੋਕਾਂ ਨੂੰ ਬੈੱਡ ਨਹੀਂ ਮਿਲ ਰਿਹਾ ਸੀ ਲੋਕ ਘਰਾਂ ਦੇ ਵਿੱਚ ਸੜਕਾਂ ਦੇ ਉੱਤੇ ਮਰ ਰਹੇ ਸੀਗੇ ਉਸ ਤਰ੍ਹਾਂ ਦੀ ਸਥਿਤੀ ਅਸੀਂ ਕਿਸੇ ਵੀ ਕੀਮਤ 'ਚ ਨਹੀਂ ਚਾਹੁੰਦੇ ਅਸੀਂ ਆਪ ਦੇ ਬਠਿੰਡਾ ਸ਼ਹਿਰ ਨੂੰ ਬਚਾਉਣਾ ਚਾਹੁੰਦੇ ਆ ਜੀ ਜੀ ਤੇ ਅਸੀਂ ਵੀ ਜਾਣ ਚਾਹਗੇ ਕਿ ਆਉਣ ਵਾਲੇ ਦਿਨਾਂ 'ਚ ਕੀ ਕੋਵਿਡ ਸੈਂਟਰ ਇਹ ਐਦਾਂ ਹੀ ਚੱਲਦਾ ਰਹੇਗਾ ਜਾਂ ਇਸ ਨੂੰ ਮੁੜ ਤੋਂ ਇੱਕ ਨਾਰਮਲ ਹਸਪਤਾਲ ਦੀ ਤਬਦੀਲ ਕਰ ਦੇਵੋਗੇ ਜੀ ਬਿਲਕੁਲ ਜਿਵੇਂ 3rd ਵੇਵ ਦਾ ਕਿਹਾ ਜਾ ਰਿਹਾ ਹੈਗਾ ਫਿਲਹਾਲ ਜਿਹੜਾ ਸਾਡਾ ਕੋਵਿਡ ਸੈਂਟਰ ਐਜ਼ ਇਟ ਇਜ਼ ਉਮੀ ਚੱਲ ਰਿਹਾ ਸਾਰੇ ਡਾਕਟਰ ਸਾਰਾ ਮੈਡੀਕਲ ਸਟਾਫ ਪੈਰਾਮੈਡੀਕਲ ਸਟਾਫ ਐਜ਼ ਇਟ ਇਜ਼ ਉਹਦੇ ਵਿੱਚ ਕੰਮ ਕਰ ਰਿਹਾ ਹੈਗਾ ਸਾਰਾ ਇਨਫਰਾਸਟ੍ਰਕਚਰ ਸਾਰਾ ਦਾ ਸਾਰਾ ਉਮੀ ਲੱਗਿਆ ਹੋਇਆ ਹੈਗਾ ਜੇ ਸਾਡੇ ਕੋਲ ਕੋਈ ਇਨ ਬਿਟਵੀਨ ਕੋਈ ਇੱਕ ਮਰੀਜ਼ ਵੀ ਆਂਦਾ ਤਾਂ ਅਸੀਂ ਉਸ ਨੂੰ ਜੇ ਦਾਖਲ ਹੋਣ ਵਾਲਾ ਸੈਕਿੰਡ ਲੈਵਲ ਵਾਲਾ ਮਰੀਜ਼ ਆ ਸੀ ਉਸ ਨੂੰ ਦਾਖਲ ਕਰਾਂਗੇ ਉਹਦਾ ਟਰੀਟਮੈਂਟ ਕਰਾਂਗੇ ਤੇ ਅਸੀਂ 3rd ਵੇਵ ਦੇ ਅਸੀਂ ਉਹਦੇ ਵਾਸਤੇ ਤਿਆਰੀ ਕਰ ਰੱਖੀ ਹੈਗੀ ਹੈ ਜਿਹੜੇ ਚਾਈਲਡ ਸਪੈਸ਼ਲਿਸਟ ਕੁਝ ਡਾਕਟਰ ਹੈਗੇ ਪ੍ਰਭਾਵ ਪਾ ਸਕਦੀ ਹੈ 3 ਵੇਵ ਤਾਂ ਸਾਡੀ ਉਹਨਾਂ ਨਾਲ ਵੀ ਗੱਲ ਹੋਈ ਵੀ ਹੈ ਤਾਂ ਐਸੀ ਸੈਂਟਰ ਦੇ ਵਿੱਚ ਅਸੀਂ ਉਹ ਬੱਚੇ ਵਾਲੇ ਜਿਹੜੇ ਡਾਕਟਰ ਹੈਗੇ ਆ ਉਹਨਾਂ ਦੇ ਸਹਿਯੋਗ ਦੇ ਨਾਲ ਅਸੀਂ ਇਸ ਹਸਪਤਾਲ ਨੂੰ ਅੱਗੇ ਵੀ ਕੈਰੀ ਓਨ ਰੱਖਾਂਗੇ ਜਦੋਂ ਤੱਕ ਕਰੋਨਾ ਦਾ ਜਿਹੜਾ ਇੱਕ ਖੌਫ ਹੈਗਾ ਇੱਕ ਜਿਹੜਾ ਵਧੀ ਹੋਈ ਹੈ ਚੀਜ਼ੇ ਜਮ੍ਹਾਂ ਖਤਮ ਨਹੀਂ ਹੋ ਜਾਂਦੀ ਜਾਂ ਬਹੁਤ ਜ਼ਿਆਦਾ ਘਟ ਨਹੀਂ ਜਾਂਦੀ ਸੋ ਇਹ ਸੰਨ ਸੂਨਮੇਸ਼ਵਰੀ ਜੀ ਨੌਜਵਾਨ ਵੈਲਫੇਅਰ ਸੁਸਾਇਟੀ ਤੋਂ ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਇੱਥੇ ਉਹਨਾਂ ਦੇ ਕੁੱਲ 62 ਜਿਹੜੇ ਮਰੀਜ਼ ਹਨ ਕਰੋਨਾ ਦੇ ਜਿਹੜੇ ਸੈਕੰਡ ਜਿਹੜੀ ਇਹ ਸਟੇਜ ਉਸਦੇ ਮਰੀਜ਼ ਆਏ ਸਨ ਜੋ ਬਿਲਕੁਲ ਠੀਕ ਹੋ ਕੇ ਆਪਣੇ ਘਰਾਂ ਨੂੰ ਚਲੇ ਗਏ ਇਸ ਤੋਂ ਇਲਾਵਾ ਬਹੁਤ ਸਾਰੇ ਜੋ ਮਰੀਜ਼ ਸਨ ਜਿਹੜੇ ਜਿਹੜੇ ਕਿ ਪਹਿਲੀ ਸਟੇਜ ਵਾਲੇ ਸਨ ਉਹਨਾਂ ਨੂੰ ਵੀ ਗਾਈਡੈਂਸ ਦਿੱਤੀ ਗਈ ਪ੍ਰੋਪਰ ਮੈਡੀਕੇਸ਼ਨ ਉਹਨਾਂ ਨੂੰ ਦਿੱਤਾ ਗਿਆ ਤੇ ਉਹ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਠੀਕ ਹੋਏ ਤੇ ਇਸ ਤੋਂ ਇਲਾਵਾ ਇਹਨਾਂ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਵਿਡ ਸੈਂਟਰ ਜਿਹੜਾ ਇਹ ਇਸ ਪ੍ਰਕਾਰ ਚੱਲ ਰਿਹਾ ਹੈ ਥਰਡ ਵੇਵ ਦੀ ਐਨਵੀਐਨ ਵੱਲੋਂ ਪੂਰੀ ਤਿਆਰ ਕੀਤੀ ਗਈ ਹੈ ਸੋ ਬਠਿੰਡਾ ਤੋਂ ਕੈਮਰਾਮੈਨ ਸੁਖਮੰਦਰ ਸਿੰਘ ਦੇ ਨਾਲ ਜਸਪੀਰ ਸਿੰਘ